ਰੇਡੀਓ ਪੰਜਾਬੀ ਨੇਸ਼ਨ ਤੋਂ ਮੈਂ ਗੁਰਸੇਵਕ ਸਿੰਘ ਈਰਾਨ ਤੇ ইরਾਨੀ ਡਾਕਟਰ ਹਰਪਾਲ ਸਿੰਘ ਪੰਨੂ ਹੁਣਾਂ ਦੀ ਲਿਖੀ ਕਿਤਾਬ ਦਾ ਤੀਜਾ ਆਡੀਓ ਪਾਰਟ ਲੈ ਕੇ ਹਾਜ਼ਰ ਹਾਂ ਜਦੇ ਵਿੱਚ ਆਪਾਂ ਅੱਜ ਗੱਲ ਸ਼ੁਰੂ ਕਰਾਂਗੇ 1853 ਈਸਵੀ ਵਿੱਚ ਜੇ.ਈ. ਟੇਲਰ ਬਸਰੇ ਵਿਖੇ ਇੰਗਲੈਂਡ ਦਾ ਕਾਉਂਸਲਰ ਸੀ ਜਿਹਦੇ ਬਾਰੇ ਆਪਾਂ ਇਹ ਵੀਡੀਓ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਸ ਨੂੰ ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਦੂਜੇ ਐਪੀਸੋਡ ਦੇ ਵਿੱਚ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀਗਾ ਉਸ ਨੂੰ ਅੱਗੇ ਵਧਾਉਂਦਿਆਂ ਹੋਇਆਂ ਅੱਜ ਦੇ ਇਸ ਦਾ ਅਗਲਾ ਜਿਹੜਾ ਭਾਗ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਸੋ ਸ਼ੁਰੂ ਕਰਦੇ ਹਾਂ ਜਿਹਦੇ ਵਿੱਚ ਖਾਸ ਤੌਰ ਤੇ ਉਹ ਕਬਰਾਂ ਜਿਹੜੀਆਂ ਜਿਹਦੇ ਵਿੱਚ ਬਹੁਤ ਸਾਰਾ ਕੰਮ ਹੋਇਆ ਜੋ ਖੋਦੀਆਂ ਗਈਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਕੀ ਕੀ ਲੱਭਾ ਜਾਂ ਉਹਦੇ ਵਿੱਚ ਕੀ ਖੋਜ ਹੋਈ ਅ ਜਿਹੜੇ ਪਿੰਜਰ ਮਿਲੇ ਜਾਂ ਕਿਹੜੇ-ਕਿਹੜੀਆਂ ਕਤੋਂ ਤੰਤਾਂ ਮਿਲੀਆਂ ਸੋਨਾ ਹੀ ਚਾਂਦੀ ਜਾਂ ਕਿਹੋ ਜੀ ਉਥੇ ਮੀਨਾਕਾਰੀ ਸੀ ਕਿਹੋ ਜੀਆਂ ਸਿੱਪੀਆਂ ਮਿਲੀਆਂ ਨੀਲਮਣੀ ਮਿਲੀ ਲਾਲਮਣੀ ਮਿਲੀ ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਜੋ ਕੁਝ ਵੀ ਉਹਨਾਂ ਕਬਰਾਂ ਦੇ ਵਿੱਚੋਂ ਲੱਭੋ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਵਿੱਚ ਰਾਜੇ ਕਿਹੜੇ ਸੀ ਮਹਾਰਾਣੀਆਂ ਕਿਹੜੀਆਂ ਸੀ ਜੌਂਸ ਦੀਆਂ ਬਾਂਦ ਦਿਆਂ ਜਾਂ ਅਫਸਰ ਔਰਤਾਂ ਦੇ ਪਿੰਜਰੇ ਰਾਜੇ ਦੀ ਟੀਮ ਦੇ ਹੋਰ ਵਿਅਕਤੀ ਉਹਨਾਂ ਦੀ ਕਿਹੋ ਜੀ ਆਕਾਰ ਸੀਗਾ 27/24 ਵਰਗ ਦਾ ਇੱਕ ਕਮਰਾ ਮਿਲਿਆ ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਸ਼ੁਰੂ ਕਰਦੇ ਹਾਂ ਐਪੀਸੋਡ ਨੰਬਰ 3 1853 ਈਸਵੀ ਵਿੱਚ ਜੇ. ਟੇਲਰ ਬਸਰੇ ਵਿਖੇ ਇੰਗਲੈਂਡ ਦਾ ਕਾਉਂਸਲਰ ਸੀ ਜਿਸ ਨੂੰ ਬ੍ਰਿਟਿਸ਼ ਮਿਊਜ਼ੀਅਮ ਵੱਲੋਂ ਮੈਸੋਪੋਟਾਮੀਆ ਦੇ ਦੱਖਣੀ ਖੰਡਰਾਂ ਦੀ ਖੋਦਾਈ ਕਰਨ ਲਈ ਕਿਹਾ ਗਿਆ ਖੁਦਾਈ ਵਿੱਚੋਂ ਪਹਿਲੀ ਵਾਰ ਲਿਖਤਾਂ ਪ੍ਰਾਪਤ ਹੋਈਆਂ ਤਾਂ ਪਤਾ ਲੱਗਾ ਕਿ ਇਹ ਤਾਂ ਚਲਦੀਜ਼ ਦਾ ਉਰ ਹੈ ਔਰ ਆਫ ਚਲਦੀਜ਼ ਟੇਲਰ ਨੇ ਖੁਦਾਈ ਤਾਂ ਕੀਤੀ ਪਰ ਉਸ ਨੂੰ ਇੱਕ ਤਾਂ ਪੈਸੇ ਘੱਟ ਮਿਲੇ ਦੂਜਾ ਸਭਿਤਾ ਦੇ ਇਤਿਹਾਸ ਵਿੱਚ ਦਿਲਚਸਪੀ ਦੀ ਥਾਂ ਉਸ ਦਾ ਧਿਆਨ ਖਜ਼ਾਨੇ ਲੱਭਣ ਵੱਲ ਲੱਗਾ ਰਿਹਾ ਫਲਸਰੂਪ ਉਸ ਨੇ ਕੀਮਤੀ ਚੀਜ਼ਾਂ ਤਾਂ ਲੱਭ ਲਈਆਂ ਪਰ ਪੂਰਾ ਖੋਜ ਦਾ ਨੁਕਸਾਨ ਹੋਇਆ ਉਸ ਵੱਲੋਂ 1918 1919 ਵਿੱਚ ਡਾਕਟਰ ਐਚ ਆਰ ਹਾਲ ਆਪਣੀ ਟੀਮ ਲੈ ਆਇਆ। ਯਾਨੀ ਕਿ ਪਹਿਲਾ ਜੀ ਟੇਲਰ ਸੀ ਉਸ ਤੋਂ ਪਿੱਛੋਂ 1918-19 ਵਿੱਚ ਡਾਕਟਰ ਐਚ ਆਰ ਆਪਣੀ ਟੀਮ ਲੈ ਕੇ ਆਇਆ। ਉਸਨੇ ਉਰ ਐਰੀਦੂਤ ਅਲੋਬੈਦ ਥੇ ਦੀ ਖੁਦਾਈ ਕੀਤੀ। ਉਸਦੇ ਕੰਮਾਂ ਤੋਂ ਕੇਵਲ ਇਹ ਨਤੀਜਾ ਨਿਕਲਿਆ ਕਿ ਹੋਰ ਖੁਦਾਈ ਹੋਣੀ ਚਾਹੀਦੀ ਹੈ। ਫਿਰ 1922 ਵਿੱਚ ਡਾਕਟਰ ਜੇਬੀ ਗੋਰਡਨ ਅਤੇ ਲਿਊਨਾਰਡ ਬੂਲੀ ਨੇ ਸਾਂਝੀ ਮਹਿਮ ਵਿਡੀ ਤੇ 7 ਸਾਲ ਖੰਡਰਾਂ ਵਿੱਚ ਸ਼ਾਨਦਾਰ ਕੰਮ ਕੀਤਾ ਇਹਨਾਂ ਦੋਵਾਂ ਦੀ ਖੋਜ ਨੇ ਮੁਰਦਿਆਂ ਵਿੱਚ ਜਾਨ ਪਾ ਦਿੱਤੀ ਇਸ ਸ਼ਹਿਰ ਦਾ ਇਤਿਹਾਸ ਪਰਲੋ ਜਾਨੀ ਕਿ ਹਜਰਤ ਨੂ ਦੇ ਤੂਫਾਨ ਤੋਂ ਪਹਿਲਾਂ ਦਾ ਹੈ ਦਜਲਾ ਅਤੇ ਫਰਾਤ ਦਰਿਆਵਾਂ ਦੀ ਚੌੜਾਈ ਸਮੁੰਦਰ ਨਜ਼ਦੀਕ ਬਹੁਤ ਵੱਧ ਜਾਂਦੀ ਹੈ ਰਫ਼ਤਾਰ ਸੁਸਤ ਹੋ ਜਾਂਦੀ ਹੈ ਧਰਤੀ ਦਲਦਲ ਸੀ ਦਰਿਆਵਾਂ ਨਾਲ ਮਿੱਟੀ ਆਉਂਦੀ ਰਹੀ ਤੇ ਜੰਮਦੀ ਰਹੀ ਜਿਸ ਸਦਕਾ ਤਲ ਉੱਚਾ ਹੋਣ ਕਾਰਨ ਜ਼ਮੀਨ ਦਲਦਲ ਤੋਂ ਖੁਸ਼ਕ ਸਖਤ ਮਿੱਟੀ ਵਿੱਚ ਬਦਲ ਗਈ ਹਰਿਆਲੀ ਦਿਸਣ ਲੱਗੀ ਤਾਂ ਅਰਬ ਦੀਆਂ ਉਚਾਈਆਂ ਤੋਂ ਲੋਕ ਅਬਜਾਉ ਧਰਤੀ ਆਬਾਦ ਕਰਨ ਵਾਸਤੇ ਹੇਠਾਂ ਉਤਰਨ ਲੱਗੇ ਪੁਰਾਣੀ ਅੰਜੀਲ ਵਿੱਚ ਇਸ ਵਾਕਿਆ ਦਾ ਜ਼ਿਕਰ ਕਈ ਵਾਰ ਆਇਆ ਹੈ ਉਰਤੋਂ 4 ਮੀਲ ਹਟ ਕੇ ਉਬੈਦ ਘੁਗ ਵਸਦੀ ਆਬਾਦੀ ਸੀ ਟੱਪਰੀਵਾਸ ਲੋਕਾਂ ਨੇ ਨਵੀਆਂ ਜ਼ਮੀਨਾਂ ਵਿੱਚ ਝੌਂਪੜੀਆਂ ਕੱਚੇ ਕੋਠੇ ਉਸਾਰ ਲਏ ਆਵੇ ਵਿੱਚ ਬਰਤਨ ਪਕਾਉਣ ਦਾ ਤਰੀਕਾ ਲੱਭ ਲਿਆ ਵਦੀਕ ਹਥਿਆਰ ਅਤੇ ਰਸੋਈ ਦਾ ਸਮਾਨ ਪੱਕੀ ਮਿੱਟੀ ਦਾ ਮਿਲਿਆ ਹੈ। ਲੋਕ ਪੇਡਾਂ ਬੱਕਰੀਆਂ ਖੋਤੇ ਪਾਲਦੇ ਤੇ ਮੱਛੀਆਂ ਫੜਦੇ। ਕੁੰਡੀਆਂ ਅਤੇ ਕਿਸ਼ਤੀਆਂ ਮਿਲ ਗਈਆਂ ਹਨ। ਮਿੱਟੀ ਦੀਆਂ ਜਿਹੜੀਆਂ ਮਨੁੱਖੀ ਮੂਰਤਾਂ ਮਿਲੀਆਂ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਚਿਹਰੇ ਖੁਨਣ ਦਾ ਰਵਾਜ ਸੀ। ਤੱਕੜੀ ਨਹੀਂ ਮਿਲੀ, ਵੱਟੇ ਮਿਲ ਗਏ ਹਨ। ਤੋਲਾ-ਤਾਲੀ ਹੋਣ ਲੱਗ ਪਈ ਸੀ। ਸੇਪ, ਸ਼ੀਸ਼ੇ ਅਤੇ ਹੱਡੀਆਂ ਦੇ ਗਹਿਣੇ ਮਿਲੇ ਹਨ। ਜੰਗਲੀ ਜੀਵ ਆਦਮ ਜਾਤ ਵਿੱਚ ਤਬਦੀਲ ਹੋ ਰਿਹਾ ਸੀ ਬੇਸ਼ੱਕ ਸભ્યਤਾ ਅਜੇ ਦੂਰ ਸੀ ਇਹ ਸਾਮੀ ਲੋਕ ਸਨ ਜਿਨ੍ਹਾਂ ਦੇ ਆਸ-ਪਾਸ ਸੁਮੇਰੀ ਵੀ ਵਸਦੇ ਗਏ 올ਡ ਟੈਸਟਾਮੈਂਟ ਵਿੱਚ ਦਰਜ ਹੈ ਪੂਰਬ ਵੱਲੋਂ ਚੱਲ ਕੇ ਲੋਕ ਸ਼ਨਾਰ ਦੇ ਮੈਦਾਨਾਂ ਵੱਲ ਆ ਗਏ ਤੇ ਵਸ ਗਏ ਇਹੀ ਬੇਬੀਲੋਨ ਹੈ ਸੁਮੇਰੀ ਲੋਕ ਸਾਮੀਆਂ ਤੋਂ ਵਧੇਰੇ ਸਭਿਅਖ ਹਨ ਉਹ ਤਾਂ ਟਾਂਟਾ ਲਿਖਣ ਪੜਨ ਖੇਤੀ ਅਤੇ ਮਕਾਨ ਉਸਾਰੀ ਦੇ ਕਰਤੱਵ ਜਾਣਦੇ ਸਨ ਇਨ੍ਹਾਂ ਦਣਾ ਵਿੱਚ ਨਾ ਸਿੰਧਵਾਦੀ ਸਭਿਅਕ ਸੀ ਨਾ ਸਮਾਵੀਵਾਦੀ ਇਨ੍ਹਾਂ ਦੋਵਾਂ ਸਭੇਤਾਵਾ ਵਿਚਕਾਰ ਕਿਤੇ ਸੁਮੇਰੀਆਂ ਦੇ ਵਡੇਰੇ ਵਸਦੇ ਹਨ ਸਨ ਜੋ ਬੜੇ ਉਨਤ ਸਨ ਇਨ੍ਹਾਂ ਨੇ ਦੂਰ ਦਰਾਡੇ ਤੱਕ ਬਸਤੀਆਂ ਆਬਾਦ ਕੀਤੀਆਂ ਇਨ੍ਹਾਂ ਨੇ ਹੀ ਪੁਰਾਣੀ ਕੱਚੀ ਆਬਾਦੀ ਉੱਪਰ ਪੱਕੀਆਂ ਇੱਟਾਂ ਦਾ ਨਗਰ ਬਸਾਇਆ ਤੇ ਆਲੇ-ਦੁਆਲੇ ਮਜ਼ਬੂਤ ਪੱਕੀ ਕੰਧ ਉਸਾਰੀ ਲੱਗਦਾ ਹੈ ਕੱਚੇ ਘਰਾਂ ਵਿੱਚ ਵਸਦੀ ਮੁੱਢਲੀ ਆਬਾਦੀ ਮਾਰਕੁੱਟ ਕੇ ਨਹੀਂ ਭਜਾਈ ਸਗੋਂ ਪਛੜੀ ਹੋਣ ਕਾਰਨ ਮਜ਼ਦੂਰੀ ਕਰਨ ਲੱਗੀ ਤੇ ਪਰੇ ਹਟ ਕੇ ਵਸਦੀ ਗਈ ਕੱਚੇ ਘਰਾਂ ਵਿੱਚ ਵਸਦੇ ਲੋਕਾਂ ਦੇ ਬਰਤਨ ਮਿਲੇ ਹਨ ਜੋ ਹੱਥਾਂ ਨਾਲ ਬਣਾਏ ਹੋਣ ਕਰਕੇ ਬੇਡੌਲੇ ਹਨ ਸੁਮੇਰੀਆ ਨੇ ਚੱਕ ਦੀ ਕਾੜ ਕੱਢੀ ਤਾਂ ਇਨਕਲਾਬ ਆ ਗਿਆ ਤਰਾਸ਼ੇ ਹੋਏ ਮਿੱਟੀ ਦੇ ਸੋਹਣੇ ਬਰਤਨ ਵਰਤੋਂ ਵਿੱਚ ਆਉਣ ਲੱਗੇ ਜੋ ਵਜ਼ਨ ਵਿੱਚ ਹਲਕੇ ਸਨ ਤੇ ਸੋਹਣੇ ਹੋਣ ਦੇ ਨਾਲ ਵਧੀਕ ਪੱਕੇ ਦੀਵਾਰਾਂ ਦੇ ਅੰਦਰ ਅਮੀਰ ਲੋਕ ਵਸੇ ਤੇ ਗਰੀਬ ਲੋਕਾਂ ਦੀਆਂ ਕੱਚੀਆਂ ਬਸਤੀਆਂ ਬਾਹਰ ਇਹਨਾਂ ਨੂੰ ਕਿਹੜਾ ਚੋਰੀ ਦਾ ਡਰ ਸੀ ਇਹਨਾਂ ਨੂੰ ਕਿਹੜਾ ਚੋਰੀ ਦਾ ਡਰ ਸੀ ਉਤਪਤੀ ਵਾਲੇ ਕਾਂਡ ਵਿੱਚ ਦਰਜ ਪਰਲੋ ਆਈ ਤਾਂ ਬਹੁਤੀ ਕੱਚੀ ਤੇ ਪੱਕੀ ਆਬਾਦੀ ਡੁੱਬ ਗਈ ਥੋੜੇ ਜੇ ਬਚੇ ਹੋયા ਨੇ ਫਿਰ ਨਵੇਂ ਸਿਰੇ ਤੋਂ ਸੰਘਰਸ਼ ਵਿੱਢਿਆ ਪੁਰਾਣੀ ਅੰਜੀਲ ਦਾ ਵਾਕ ਹੈ ਹੜ ਆਇਆ ਹੜ ਪਿੱਛੋਂ ਬਾਦਸ਼ਾਹਤ ਅਸਮਾਨੋਂ ਹੇਠਾਂ ਉਤਰੀ ਇਹ ਬਿਰਤਾਂਤ ਜਸੂ ਮਸੀਹ ਤੋਂ 3500 ਸਾਲ ਪੁਰਾਣਾ ਹੈ ਜਾਨੀ ਕਿ ਅੱਜ ਤੋਂ 5500 ਸਾਲ ਪਹਿਲਾਂ ਦਾ ਕਿਉਂਕਿ ਇਹ ਕਿਤਾਬ 216 ਦੇ ਵਿੱਚ ਲਿਖੀ ਗਈ ਹੈ ਸੋ 3500 ਸਾਲ ਪਹਿਲਾਂ ਤੇ 2000 ਬਿਫੋਰ ਕ੍ਰਾਈਸਟ ਤੇ ਆਫਟਰ ਕ੍ਰਾਈਸਟ ਪਾ ਕੇ 5500 ਸਾਲ ਦੇ ਲਗਭਗ ਬਣਦਾ ਸੁਖਦਾਈ ਵਿੱਚ ਕੀ ਕੀ ਮਿਲਿਆ ਆਓ ਅਗੇ ਸਾਂਝਾ ਕਰਦੇ ਹਾਂ ਖੁਦਾਈ ਦੌਰਾਨ ਚੁੱਲਿਆਂ ਵਿੱਚ ਰਾਖ ਕੰਧਾਂ ਉੱਪਰ ਕਾਲਖ ਤੇ ਅੱਧ ਜਲੀਆਂ ਲੱਕੜਾਂ ਦੇ ਟੋਟੇ ਮਿਲੇ ਹਨ ਕਿਸੇ ਕਿਸੇ ਥਾਂ ਪੱਕੀ ਮਿੱਟੀ ਦੇ ਬਰਤਨ ਕਤਾਰਾਂ ਵਿੱਚ ਜਿਨੇ ਇੱਕੋ ਥਾਂ ਮਿਲੇ ਹਨ ਕਿਤੇ ਪਕੀਆਂ ਇੱਟਾਂ ਦੀਆਂ ਥਾਂ ਉਹਨਾਂ ਦਾ ਪੀਲਾ ਖੋਰਾ ਮਿਲਿਆ ਹੈ। ਕੇਵਲ ਇੱਥੇ ਹੀ ھیਠਾਂ ਸ਼ਾਹੀ ਮਕबरे ਮਿਲੇ। ਕਬਰਾਂ ھیਠੋਂ ਜਿਹੜੀਆਂ ਸਲੇਟਾਂ ਮਿਲੀਆਂ 5700 ਸਾਲ ਪੁਰਾਣੀਆਂ ਹਨ। ਹਰ ਸਦੀ ਬਾਅਦ ਇੱਟਾਂ ਵਿੱਚ ਆਉਂਦਾ ਨਿਖਾਰ ਸਾਫ਼ ਦਿਸਦਾ ਹੈ। ਠਿਕਰੀਆਂ ਉੱਪਰ ਰੰਗਦਾਰ ਚਿੱਤਰਕਾਰੀ ਮਿਲੀ ਹੈ। ਨੂਹ ਦਾ ਹੜ ਕਿੰਨਾ ਭਿਆਨਕ ਹੋਵੇਗਾ ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਘਰਾਂ ਉੱਪਰ ਤਿੰਨ ਤਿੰਨ ਗੱਜ ਉੱਚੀ ਗਾਰ ਚੜ ਗਈ ਸੀ। ਤਿੰਨ ਗਜਗਾਰ ਹੇਠਾਂ ਸੁਮੇਰੀ ਸਭਿਤਾ ਹੈ ਤੇ ਇਹਨਾਂ ਦੇ ਹੇਠਲੀ ਘਟ ਵਿਕਸਤ ਆਬਾਦੀ ਗੈਰ ਸੁਮੇਰੀ ਹੈ ਸੁਮੇਰੀਆਂ ਨੇ ਮਿੱਟੀ ਦੀਆਂ ਬੋਤਲਾਂ ਅਤੇ ਜੱਗ ਬਣਾ ਲਏ ਸਨ ਬੋਤਲਾਂ ਦੇ ਕਾਰਕ ਵੀ ਮਿੱਟੀ ਦੇ ਹਨ ਕਾਰਕਾਂ ਉੱਪਰ ਮਾਲਕ ਦੀ ਮੋਹਰ ਲੱਗੀ ਹੋਈ ਹੈ ਚਿੱਤਰਕਾਰੀ ਵਿੱਚ ਜਾਨਵਰਾਂ ਦੇ ਝੁੰਡ ਚਿੱਤਰੇ ਮਿਲੇ ਹਨ ਜਿਹੜੇ ਲੋਕ ਇਹਨੇ ਵਿਕਸਤ ਚਿੱਤਰਕਾਰ ਹੋਣ ਆਪੇ ਸਾਬਤ ਹੋ ਜਾਂਦਾ ਹੈ ਕਿ ਲਿਪੀ ਹੋਂਦ ਵਿੱਚ ਆ ਚੁੱਕੀ ਸੀ ਲਿਪੀ ਮਨੁੱਖ ਦੀ ਜ਼ਰੂਰਤ ਹੈ ਜਦੋਂ ਕਿ ਚਿੱਤਰਕਾਰੀ ਮਨ ਦੀ ਮੌਜ ਚਿੱਤਰਕਲਾ ਲਿਪੀ ਦੀ ਮਾਂ ਹੈ ਹੜੇ ਹੇਠਾਂ ਆਇਆ ਰਕਬਾ ਤਕਰੀਬਨ 400 100 ਮੀਲ ਅੰਕਿਆ ਗਿਆ ਹੈ ਇਹਨਾਂ ਲੋਕਾਂ ਵਾਸਤੇ ਸਾਰੀ ਦੁਨੀਆ ਇਸੇ ਰਕਬੇ ਵਿੱਚ ਸੀ ਇਸੇ ਕਰਕੇ ਲਿਖਿਆ ਕਿ ਸਾਰੀ ਦੁਨੀਆ ਤਬਾਹ ਹੋ ਗਈ ਸੀ ਸ਼ਾਹੀ ਖਾਨਦਾਨ ਦੀਆਂ ਕਬਰਾਂ ਵਧੇਕ ਡੂੰਘੀਆਂ ਹਨ ਅਜਿਹਾ ਇਸ ਕਰਕੇ ਕਿ ਲਾਸ਼ਾਂ ਨਾਲ ਰੱਖੇ ਗਹਿਣੇ ਕੀਮਤੀ ਸੁਗਾਤਾਂ ਚੋਰਾਂ ਦਾ ਕੁਲ ਲਟੇਰੇ ਲੁੱਟ ਕੇ ਨਾ ਲੈ ਜਾਣ ਦਰਜੇ ਬਦਰਜੇ ਦਾ ਖਿਆਲ ਰੱਖਦਿਆਂ ਆਮ ਲੋਕਾਂ ਦੀਆਂ ਕਬਰਾਂ ਘਟ ਡੂੰਗੀਆਂ ਅਤੇ ਸ਼ਾਹੀ ਕਬਰਾਂ ਤੋਂ ਪਰੇ ਹਟਕੇ ਬਣਾਈਆਂ ਗਈਆਂ ਹੜ ਆਉਣ ਕਾਰਨ ਕਬਰਾਂ ਹੋਰ ਹੇਠਾਂ ਤਸ ਗਈਆਂ ਤੇ ਥੋਕ ਦੀਆਂ ਮੌਤਾਂ ਕਾਰਨ ਕਿਸੇ ਨੂੰ ਚੇਤਾ ਵੀ ਨਾ ਰਿਹਾ ਕਿ ਇੱਥੇ ਹੇਠਾਂ ਕਬਰਾਂ ਹੋਣਗੀਆਂ ਸਦੀਆਂ ਬੀਤਣ ਬਾਅਦ ਉੱਪਰਲੀ ਤਹਿ ਤੇ ਨਵੀਆਂ ਕਬਰਾਂ ਬਣ ਗਈਆਂ ਲੋਕਾਂ ਨੂੰ ਕੇਵਲ ਇਨਾ ਚੇਤਾ ਸੀ ਕਿ ਇਹ ਥਾਂ ਪਵਿੱਤਰ ਹੈ ਇੱਥੇ ਦਫਨ ਕਰਨਾ ਮਰਦੇ ਲਈ ਆਰਾਮ ਦੇ ਹੋਵੇਗਾ ਇੱਕ ਉੱਪਰ ਇੱਕ ਇਉਂ ਖੇਤੋਂ ਉੱਪਰ ਤੱਕ 12 ਕਬਰਾਂ ਵੀ ਮਿਲ ਚੁੱਕੀਆਂ ਹਨ ਕੀ ਇਹ 12 ਪੀੜੀਆਂ ਹੋਣਗੀਆਂ ਪਤਾ ਨਹੀਂ ਸਭ ਤੋਂ ਉੱਪਰ ਲੀਆਂ ਕਬਰਾਂ 3200 ਪੂਰਬ ਈਸਾ ਦੀਆਂ ਹਨ ਇਹ ਪਰਲੋਕਾਰਨ ਸ਼ਾਹੀ ਕਬਰਾਂ ਲੁਟੇਰੀਆਂ ਹੱਥੋਂ ਬਚ ਗਈਆਂ ਪਿੰਜਰਾ ਉੱਪਰ ਪਈ ਮਿੱਟੀ ਰੰਗਦਾਰ ਵੀ ਹੈ ਬੇਰੰਗ ਵੀ ਇੱਕ ਕੱਪੜੇ ਦਾ ਰੰਗ ਹੈ ਕੱਪੜਾ ਗਲ ਗਿਆ ਹੈ ਰੰਗ ਮਿੱਟੀ ਨੇ ਸਾਂਭ ਲਿਆ ਮਿੱਟੀ ਵਿੱਚ ਸਿੱਧੀਆਂ ਖੜੀਆਂ ਅਤੇ ਲੇਟਵੀਆਂ ਸਿੱਧੀਆਂ ਸਪਾਟ ਗੋਲ ਖੱਡਾਂ ਹਨ ਇਹ ਤਾਬੂਤ ਦੀ ਲੱਕੜ ਬਾਸ ਦਾ ਫਰੇਮ ਸੀ ਲੱਕੜ ਗਲ ਗਈ ਖੱਡਾਂ ਬਚ ਗਈਆਂ ਕੱਪੜਾ ਨਹੀਂ ਕੱਪੜੇ ਦਾ ਰੰਗਦਾਰ ਡਿਜ਼ਾਈਨ ਐਨ ਸਾਫ਼ ਹੈ ਫੋਟਵਾਂ ਉਤਾਰ ਲਈਆਂ ਗਈਆਂ ਹਨ 5000 ਸਾਲ ਪੁਰਾਣੀ ਕੱਪੜੇ ਦੀ ਬੁਣਤੀ ਤੁਹਾਡੇ ਸਾਹਮਣੇ ਹੈ ਜੋ ਸਾਹ ਨਾਲ ਉੱਡ ਸਕਦੀ ਹੈ ਲੱਕੜੀ ਦੀ ਗਰਦ ਇਸੇ ਤਰ੍ਹਾਂ ਦੀ ਹੈ ਜਿਵੇਂ तितਲੀ ਦੇ ਖੰਭਾਂ ਉੱਪਰ ਫੁੱਲਾਂ ਦਾ ਧੂੜਾ ਆਮ ਕਬਰਾਂ ਵਿੱਚ ਮਣ ਕੇ ਕਾਂਟੇ, ਮੰਦਰਾ, ਚਾਕੂ, ਛੁਰੀਆਂ ਬਖਸੂਆ ਹੈ ਪਰ ਵੱਡੇ ਆਦਮੀ ਦੀ ਕਬਰ ਵਿੱਚ ਉਸ ਦੀ ਠੀਕਰ ਮੋਰ ਵੀ ਹੈ। ਮਿੱਟੀ, ਤਾਂਬੇ, ਪੱਥਰ ਦੇ ਬਰਤਨਾਂ ਵਿੱਚ ਮੁਰਦੇ ਦੇ ਸਫ਼ਰ ਵਾਸਤੇ ਖਾਣ ਪੀਣ ਦਾ ਸਮਾਨ ਤੇ ਰਾਖੀ ਲਈ ਇhtਿਆਰ ਹਨ। ਦੇਖੋ ਇਹ ਉਸ ਵੇਲੇ ਦਾ ਰਵਾਜ ਹੋ ਸਕਦਾ ਹੈ। ਕੇ ਨਾਲ লাশ ਦੇ ਬਰਤਨ ਵੀ ਰੱਖੇ ਗਏ ਤੇ ਹਥਿਆਰ ਵੀ ਤਾਂ ਕਿ ਖਾਣ ਪੀਣ ਦੇ ਲਈ ਬਰਤਨ ਹੋਣ ਤੇ ਰੱਖਿਆ ਦੇ ਵਾਸਤੇ ਹਥਿਆਰ ਇਹ ਮੁਰਦੇ ਦੇ ਸਫ਼ਰ ਵਾਸਤੇ ਖਾਣ ਪੀਣ ਦਾ ਸਮਾਨ ਤੇ ਰੱਖੀ ਲਈ ਹਥਿਆਰ ਹਨ লাশਾਂ ਟੇਡੀਆਂ ਹਨ ਜਾਨੀ ਕਿ ਪਾਸੇ ਪਰਨੇ ਗੋਡੇ ਰਤਾ ਮੁੜੇ ਹੋਏ ਹੱਥਾਂ ਵਿੱਚ ਗਲਾਸ ਤੇ ਗਲਾਸ ਮੂੰਹ ਦੇ ਨੇੜੇ ਜਾਨੀ ਕਿ ਮੁਰਦੇ ਦੀ ਆਖਰੀ ਘੁੱਟ ਦਾ ਸੰਕੇਤ লাশ ਅਤੇ ਸਮਾਨ ਉੱਪਰ ਪਹਿਲਾਂ ਕੱਪੜਾ ਪਾਇਆ ਜਾਂਦਾ ਫਿਰ ਮਿੱਟੀ ਦਿਸ਼ਾ ਦੀ ਕੋਈ ਪ੍ਰਵਾਹ ਨਹੀਂ ਇੱਕੋ ਥਾਂ ਅਨੇਕ ਕਬਰਾਂ ਹਨ ਸਭ ਦੀ ਦਿਸ਼ਾ ਵੱਖ-ਵੱਖ ਹਾਂ ਪਾਸੇ ਪਰਨੇ ਲੇਟਣ ਦੀ ਵਿਧੀ ਇੱਕੋ ਹੈ ਕਿਸੇ ਦੇਵਤੇ ਦਾ ਬੁੱਤ ਨਹੀਂ ਨਾ ਗਹਿਣਿਆਂ ਉੱਪਰ ਕੋਈ ਦੇਵਤਾ ਹੈ ਹੋਰ ਕੋਈ ਧਾਰਮਿਕ ਨਿਸ਼ਾਨ ਕਿਸੇ ਕਿਸਮ ਦਾ ਕਬਰ ਵਿੱਚੋਂ ਨਹੀਂ ਮਿਲਿਆ ਸਭ ਮਾਤ ਲੋਕ ਦੀਆਂ ਨਿਸ਼ਾਨੀਆਂ ਮਿਲੀਆਂ ਹਨ ਕਬਰਿਸਤਾਨ ਵਿੱਚੋਂ ਜਿਉਂਦੀ ਜਾਗਦੀ ਆਬਾਦੀ ਦੇ ਨੈਣ ਨਕਸ਼ ਹਾਸਲ ਹੋ ਗਏ ਕਬਰਿਸਤਾਨ ਵਿੱਚੋਂ ਜਿਉਂਦੀ ਜਾਗਦੀ ਆਬਾਦੀ ਦੇ ਨੈਣ ਨਕਸ਼ ਹਾਸਲ ਹੋ ਜਾਂਦੇ ਹਨ ਕਈ ਕਬਰਾਂ ਲੁੱਟੀਆਂ ਵੀ ਗਈਆਂ ਲੁਟੇਰੇ ਸੋਨਾ ਚਾਂਦੀ ਲੈ ਕੇ ਫਰਾਰ ਹੋਏ ਪਰ ਜੋ ਚੀਜ਼ਾਂ ਉਥੇ ਬਚੀਆਂ ਪਈਆਂ ਰਹਿ ਗਈਆਂ ਉਹ ਹੁਣ ਸੋਨੇ ਚਾਂਦੀ ਤੋਂ ਕਿਤੇ ਵਧੇ ਕੀਮਤੀ ਹਨ ਇੱਕ ਪਿੰਜਰ ਦੇ ਲਾਗੇ ਬੜੀ ਖੂਬਸੂਰਤ ਸਰਾਈ ਪਈ ਹੈ ਜੋ ਔਰ ਸ਼ਹਿਰ ਦੀ ਬਿਲਕੁਲ ਨਹੀਂ ਇਹ ਕਬਰਾਂ ਜਿਹੜੀਆਂ ਫੁੱਲੀਆਂ ਗਈਆਂ ਔਰ ਸ਼ਹਿਰ ਦੀਆਂ ਫੁੱਲੀਆਂ ਗਈਆਂ ਤੇ ਉਹ ਕਹ ਰਹੇ ਨੇ ਕਿ ਇਹ ਜਿਹੜੀ ਸਰਾਈ ਪਿੰਜਰ ਦੇ ਕੋਲ ਪਈ ਸੀ ਉਹ ਔਰ ਸ਼ਹਿਰ ਦੀ ਬਿਲਕੁਲ ਨਹੀਂ ਖੂਬ ਸੁਰਤ ਸਰਾਈ ਪਈ ਹੈ ਜੋ ਔਰ ਸ਼ਹਿਰ ਦੀ ਬਿਲਕੁਲ ਨਹੀਂ ਫਰਾਂਸ ਦੀਆਂ ਪੁਰਾਤਨ ਸਰਾਈਆਂ ਨਾ ਮਿਲਦੀ ਹੈ ਜਾਂ ਤਾਂ ਇਸ ਮੁਰਦੇ ਦਾ ਕੋਈ ਮੀਤ ਫਰਾਂਸ ਗਿਆ ਉੱਥੋਂ ਸਗਾਤ ਲੈ ਕੇ ਆਇਆ ਹੋਵੇਗਾ ਜਾਂ ਫਿਰ ਇਹ ਖੁਦ ਕਦੀ ਉੱਥੋਂ ਲਿਆਇਆ ਪਿਆਰੀ ਇਨੀ ਕਿ ਕਬਰ ਵਿੱਚ ਨਾਲ ਲੈ ਕੇ ਗਿਆ ਕਿਤੇ ਕਿਤੇ ਤਾਂ ਹੱਡੀਆਂ ਦਾ ਵੀ ਕੇਵਲ ਧੂੜਾ ਬਚਿਆ ਹੋਇਆ ਹੈ ਚੁੱਕਣ ਤੋਂ ਪਹਿਲਾਂ ਲਾਸ਼ ਨੂੰ ਗਹਿਣੇ ਚੁੱਕਣ ਤੋਂ ਪਹਿਲਾਂ ਲਾਸ਼ ਨੂੰ ਪਹਿਨਾਏ ਗਏ ਗਹਿਣਿਆਂ ਦੀਆਂ ਫੋਟੋਆਂ ਉਤਾਰੀਆਂ ਗਈਆਂ ਤਾਕੇ ਪਤਾ ਲੱਗ ਸਕੇ ਪੈਨਣ ਦਾ ਕੀ ਅੰਦਾਜ਼ ਸੀ ਜੇ ਖੋਪੜੀ ਬਚੀ ਹੋਈ ਮਿਲੀ ਤਾਂ ਗਹਿਣਿਆਂ ਸਮੇਤ ਮੋਮ ਨਾਲ ਭਰ ਕੇ ਉਠਾਈ ਗਈ ਜੇ ਪਿੰਜਰ ਮਿਲਿਆ ਤਾਂ ਸਹਜੇ ਸਹਜੇ ਪਹਿਲੇ ਚਾਕੂਆਂ ਨਾਲ ਫਿਰ ਨਰਮ ਬੁਰਸ਼ਾਂ ਨਾਲ ਉਸ ਦੇ ਅੰਦਰ ਬਾਹਰਲੀ ਮਿੱਟੀ ਹਟਾਈ ਗਈ ਫਿਰ ਤਰਲ ਮੋਮ ਵਿੱਚ ਡੋਬ ਦਿੱਤਾ ਫਿਰ ਮੋٹے ਮਜ਼ਬੂਤ ਮੋਮ ਜਾਮੇ ਦੀ ਚਾਦਰ ਮੋਮ ਉੱਪਰ ਚਪਕਾ ਕੇ ਸਹਾਰਾ ਦੇ ਕੇ ਪਿੰਜਰ ਕੱਢਿਆ ਜਾਂਦਾ ਬਹੁਤ ਇਤਿਆਦ ਵਰਤੀ ਜਾਂਦੀ ਇੱਕ ਵਾਰ ਟੁੱਟੀ ਗਵਾਚੀ ਚੀਜ਼ ਜਾਂ ਰੱਖੀਆਂ ਅਵਸਥਾ ਦਾ ਅੰਦਾਜ਼ਾ ਦੁਬਾਰਾ ਹਾਸਲ ਨਹੀਂ ਹੋਵੇਗਾ। ਇਸ ਟੀਮ ਨੇ 6 ਸ਼ਾਹੀ ਅਤੇ 1400 ਆਮ ਪਿੰਜਰਾਂ ਵਿੱਚੋਂ ਇੱਕ ਵੀ ਟੁੱਟਣ ਨਹੀਂ ਦਿੱਤਾ। ਜਿਹੜੀਆਂ ਚੀਜ਼ਾਂ ਫਜ਼ੂਲ ਲੱਗ ਰਹੀਆਂ ਹਨ ਉਹ ਵੀ ਨੋਟ ਕਰੋ, ਫੋਟੋਆਂ ਖਿੱਚੋ। ਅੱਜ ਪਤਾ ਨਹੀਂ ਇਹ ਕੀ ਹਨ, ਕੱਲ ਨੂੰ ਖੋਜੀ ਆਉਣਗੇ, ਪਤਾ ਲਾ ਲੈਣਗੇ ਕਿ ਇਹ ਕੀ ਇਹ ਵੀ ਫਜ਼ੂਲ ਨਹੀਂ ਹਨ। ਖੋਜ ਅਨੰਤ ਕਾਲ ਤੱਕ ਚੱਲੇਗੀ। ਡਾਕੂਆਂ ਵੱਲੋਂ ਪੁੱਟੀਆਂ ਅਜਿਹੇ ਸੁਰੰਗਾਂ ਮਿਲੀਆਂ ਹਨ। ਜੋ ਉਹਨਾਂ ਦੇ ਖਜ਼ਾਨੇ ਹਾਸਲ ਕਰਨ ਲਈ ਪੁੱਟੀਆਂ ਪਰ ਅਧ ਵਿਚਕਾਰ ਰਹਿ ਗਈਆਂ ਕਈ ਸਰੂnga ਐਨ ਸ਼ਾਹੀ ਲਾਸ਼ ਦੇ ਨਜ਼ਦੀਕ ਪੁੱਜ ਗਈਆਂ ਕਈ ਸਰੂnga ਐਨ ਸ਼ਾਹੀ ਲਾਸ਼ ਦੇ ਨਜ਼ਦੀਕ ਪੁੱਜ ਗਈਆਂ ਥੱਕ ਟੁੱਟ ਕੇ ਡਾਕੂ ਮੁੜ ਗਏ ਥੋੜੀ ਕੋ ਹੋਰ ਮਿਹਨਤ ਕਰਦੇ ਮੌਜਾਂ ਲੱਗ ਜਾਂਦੀਆਂ 1926 27 ਵਿੱਚ ਖੋਦਾਈ ਕਰਦੇ ਆ ਤਾਂਬੇ ਅਤੇ ਸੋਨੇ ਦੇ ਇਤਿਹਾਾਰ ਮਿਲੇ ਇੱਕ ਹਥਿਆਰ ਦਾ ਬਲੇਡ ਸੋਨੇ ਦਾ ਹੈ ਮੁੱਠਾ ਚਮਕਦੇ ਨੀਲੇ ਪੱਥਰ ਦਾ ਤੇ ਸੋਨੇ ਦੇ ਕੋਕਿਆਂ ਨਾਲ ਮੜਿਆ ਹੋਇਆ ਬਲੇਡ ਉੱਪਰ ਗਜਬ ਦੀ ਚਿੱਤਰਕਾਰੀ ਸੋਨੇ ਦਾ ਟਿਕਾਣਾ ਪਰਸ ਮਿਲਿਆ ਹੈ ਗੁਸਲਖਾਨੇ ਵਿੱਚੋਂ ਮੋਚਨਾ ਦੋ ਧਾਰਾ ਉਸਤਰਾ ਤੇ ਪੈਨਸਲ ਮਿਲੀ ਹੈ ਇੱਕ ਭੂਰਾ ਮਿਲਿਆ ਹੈ ਜਿਸ ਦਾ ਫਰਸ਼ ਚੂਨੇ ਪੱਥਰ ਦਾ ਹੈ ਤੇ 30 ਮੀਲ ਦੂਰ ਉਹ ਥਾਂ ਵੀ ਮਿਲ ਗਈ ਜਿੱਥੋਂ ਇਹ ਪੱਥਰ ਲਿਆਂਦਾ ਗਿਆ ਲੱਗਿਆ ਕਿ ਕਿਸੇ ਅਮੀਰ ਦੀ ਅਯਾਸ਼ੀ ਦਾ ਸਮਾਨ ਹੈ ਪਰ ਜਦੋਂ ਹੋਰ ਡੁਗਾਈ ਖੁਦਾਈ ਕੀਤੀ ਤਾਂ ਪਤਾ ਲੱਗਾ ਕਿ ਫਰਸ਼ ਕਾਨੂੰ ਇਹ ਤਾਂ ਸ਼ਾਹੀ ਮਕਬਰੇ ਦੀ ਛੱਤ ਹੈ ਹੋਰ ਹੇਠਾਂ ਖੁਦਾਈ ਕੀਤੀ ਪਿੰਜਰ ਤਾਂ ਮਿਲ ਗਿਆ ਪਰ ڈاکੂ ਪਹਿਲਾਂ ਚਰਨ ਪਾ ਗਏ ਸਨ ਕੁਝ ਠੀਕਰੇ ਤੇ ਤਾਂਬੇ ਦੇ ਟੁਕੜਿਆਂ ਨਾਲ ਸਬਰ ਕਰਨਾ ਪਿਆ ਮਹਾਰਾਣੀ ਸ਼ੋਬਾਦ ਅਤੇ ਉਸਦੇ ਪਤੀ ਦੇ ਮਕਬਰੇ ਵੀ ਚੂਨੇ ਪੱਥਰ ਦੇ ਹਨ ਇੱਕ ਥਾਂ ਪੰਜ ਪਿੰਜਰ ਨਾਲੋਂ ਨਾਲ ਪਏ ਹਨ ਲੱਕ ਨਾਲ ਲਟਕਾਉਣ ਵਾਲੀ ਤਾਂਬੇ ਦੀ ਖੁਖਰੀ ਨਾਲ ਇੱਕ ਇੱਕ ਗਲਾਸ ਹੈ ਬਸ ਇਕੱਠੇ ਪੰਜ ਕਿਉਂ ਹਨ ਹੋਰ ਖੁਦਾਈ ਕੀਤੀ ਤਾਂ 5-5 ਦੀਆਂ ਦੋ ਹੋਰ ਕਤਾਰਾਂ ਔਰਤਾਂ ਦੇ ਪਿੰਜਰਾਂ ਦੀਆਂ ਮਿਲੀਆਂ ਸੋਨੇ ਦੇ ਗਹਿਣਿਆਂ ਨਾਲ ਵਾਲ ਗੁੰਦੇ ਨੀਲਮਣੀ ਖੁਣੀ ਹੋਈ ਤੇ ਡਿਜ਼ਾਈਨ ਬਣਾਏ ਹੋਏ ਵਾਲ ਸ਼ਿੰਗਾਰੇ ਹੋਏ ਗਲਾਂ ਵਿੱਚ ਮਣਕਿਆਂ ਦੇ ਹਾਰ ਅਖੀਰ ਵਿੱਚ ਲੱਕੜ ਦਾ ਸੰਤੂਰ ਸਾਜ਼ ਲੱਕੜ ਗਲ ਗਈ ਠੀਕ ਪਰ ਜੜਤ ਉਵੇਂ ਪਈ ਹੈ ਉੱਪਰਲਾ ਸਿਰਾ ਸੋਨੇ ਦੀ ਟੋਪੀ ਨਾਲ ਸ਼ਿੰਗਾਰਿਆ ਤਾਰਾਂ ਕੱਸਣ ਲਈ ਸੋਨੇ ਦੇ ਕੋਕੇ ਆਵਾਜ਼ ਭਾਰੀ ਕਰਨ ਵਾਲਾ ਖੋਖਲਾ ਹਿੱਸਾ ਸਿੱਪ ਲਾਲ ਮਣੀ ਨੀਲ ਮਣੀ ਦੇ ਟੁਕੜਿਆਂ ਦੀ ਗਜਮ ਮੀਨਾਕਾਰੀ ਨਾਲ ਸਜਿਆ ਹੋਇਆ ਉੱਪਰਲੇ ਪਾਸੇ ਸ਼ੇਰਾਂ ਦੇ ਦੋ ਸਿਰ ਸੋਨੇ ਦੀਆਂ ਸੋਨੇ ਦੀ ਪਤਰੀ ਦੇ ਸ਼ੇਰਾਂ ਦੇ ਗਲ ਵਿੱਚ ਨੀਲ ਮਣੀ ਦੇ ਟੁਕੜਿਆਂ ਦੇ ਹਾਰ ਫਿਰ ਬਲਦਾਂ ਦੇ ਸਿਰ ਚਾਂਦੀ ਦੇ ਸਿਰ ਸਿਪ ਨਾਲ ਸਜਾਏ ਹੋਏ ਦੋ ਖੋਤਿਆਂ ਦੇ ਪਿੰਜਰ ਮਿਲੇ ਖੋਤੇ ਵੀ ਪੂਰੀ ਸੱਜ ਧੱਜ ਨਾਲ ਖਲੋਤੇ ਹਨ ਜਿਸ ਰਥ ਅੱਗੇ ਜੋੜੇ ਹੋਏ ਹਨ ਉਸ ਵਿੱਚ ਸ਼ਤਰੰਜ ਬੋਰਡ ਪਿਆ ਹੈ ਸੋਨੇ ਦੇ ਕਟੋਰੇ ਵਿੱਚ ਸੋਨੇ ਦੀਆਂ ਪਤਲੀਆਂ ਨਲਕੀਆਂ ਮਿਲੀਆਂ ਜਿਨ੍ਹਾਂ ਨਾਲ ਕੋਈ ਤਰਲ ਪੀਤਾ ਜਾਂਦਾ ਹੋਵੇਗਾ। ਸੋ ਰਾਜੇ ਨੂੰ ਸੋ ਰਾਜੇ ਨੂੰ ਦਫਨ ਕਰਨ ਵਕਤ ਰਤ ਸਮੇਤ ਜਿਉਂਦੇ ਖੋਤੇ ਦਫਨ ਕੀਤੇ ਗਏ। ਲੱਕੜ ਦਾ ਬਣਿਆ ਗਜਬ ਦਾ ਜੜਾਊ ਸੰਦੂਕ ਜਿਸ ਵਿੱਚ ਰੱਖੇ ਕੱਪੜੇ ਰਾਖ ਹੋ ਚੁੱਕੇ ਹਨ, ਇੱਕ ਟ੍ਰੇ ਲੰਮੀ ਗਰਦਨ ਵਾਲਾ ਜੱਗ, ਇੱਕ ਦੂਜੇ ਵਿੱਚ ਫਸਾਏ ਹੋਏ ਲੰਮੇ ਪਤਲੇ ਚਾਂਦੀ ਦੇ ਗਲਾਸ ਅਤੇ ਹੋਰ ਅਨੇਕ ਬਰਤਨ। ਆਲੇ-ਦੁਆਲੇ ਸਾਰੇ ਪਿੰਜਰ ਇਕੋ ਜਿਹੇ ਹਨ। ਇਨਾਂ ਵਿੱਚੋਂ ਖਾਸ ਜਾਨੀ ਕਿ ਰਾਜਾ ਕਿੜਾ ਹੈ ਪਤਾ ਨਹੀਂ। ਸੰਦੂਖੇਟੋਂ ਪੱਕੀਆਂ ਇੱਟਾਂ ਦਾ ਗੁੰਬਦ ਨਿਕਲਿਆ ਜੋ ਇੱਕ ਪਾਸੇੋਂ ਭੰਨਿਆ ਹੋਇਆ ਹੈ ਜਾਨੀ ਕਿ ਡਾਕੂ ਆ ਚੁੱਕੇ ਹਨ। ਜਿੱਥੇ ਸਨ ਲਾਈ ਉਸੇ ਥਾਂ ਸੰਦੂਖ ਰੱਖ ਦਿੱਤਾ। ਇਸ ਤੋਂ ਅੱਗੇ 6 ਪਿੰਜਰ ਹੋਰ ਮਿਲੇ ਕਿਉਂਕਿ ਸਿਰਾਂ ਤੇ ਤਾਂਬੇ ਦੇ ਟੋਪ ਹਨ ਤੇ ਨਾਲ ਇੱਕ ਪਾਸੇ ਲੰਬੇ ਨੇਜੇ ਰੱਖੇ ਹੋਏ ਮਿਲੇ ਇਹ ਸਿਪਾਈਆਂ ਦੇ ਪਿੰਜਰ ਹਨ। ਮਿੱਟੀ ਦੇ ਦਬਾਅ ਸਦਕਾ ਟੋਪ ਅਤੇ ਖੋਪਰੀਆਂ ਫਿਸ ਗਈਆਂ ਹਨ। ਇਸ ਤੋਂ ਅੱਗੇ 4-4 ਪਹੀਆਂ ਵਾਲੇ ਦੋ ਰਥ ਹਨ। ਦੋਵਾਂ ਅੱਗੇ ਬਲਦਾਂ ਦੀਆਂ ਜੋੜੀਆਂ। ਮੁਹਾਰਾਂ ਰੰਗ-ਬਰੰਗੇ ਮਣਕਿਆਂ ਨਾਲ ਪਰੋਈਆਂ ਹੋਈਆਂ। ਰਥਵਾਨ ਰਥ ਵਿੱਚ ਬੈਠਾ ਹੈ। ਗਲੀ ਹੋਈ ਲੱਕੜ ਦਾ ਧੂੜਾ ਸਾਰੀ ਕਥਾ ਸਾਫ਼ ਦੱਸ ਰਿਹਾ ਹੈ। ਪਹੀਆਂ ਦੇ ਆਲੇ-ਦੁਆਲੇ ਸਲੇਟੀ ਰੰਗ ਦੇ ਧੂੜੇ ਦਾ ਘੇਰਾ ਹੈ। ਚਮੜਾ ਗਲ ਕੇ ਸਲੇਟੀ ਹੋ ਜਾਂਦਾ ਹੈ। ਸੋ ਪਹੀਆਂ ਦਿਵਾਲੇ ਚਮੜੇ ਦਾ ਹਾਲ ਰਿੰਗ ਟਾਇਰ ਚਾੜਿਆ ਹੋਇਆ ਸੀ। ਇਸ ਤੋਂ ਅੱਗੇ 9 ਔਰਤਾਂ ਦੇ ਪਿੰਜਰ ਹਨ। ਸਿਰਾਂ ਅਤੇ ਗਲਾਂ ਵਿੱਚ ਸ਼ਾਨਦਾਰ ਗਹਿਣੇ ਪੈਨੇ ਹੋਏ, ਨੀਲਮਣੀ ਦੇ ਮਣਕਿਆਂ ਵਿੱਚ ਖੁਣਾਈ, ਗਲ ਦੇ ਹਾਰ ਵਿੱਚ ਸੋਨੇ ਦੇ ਰੁੱਖ ਪੱਤਰ, ਕੰਨਾਂ ਵਿੱਚ ਭਾਰੇ ਕਾਂਟੇ ਸੋਨੇ ਦੇ, ਹੱਥ ਦੇ ਪੰਜੇ ਵਰਗੀਆਂ ਹਾਥੀ ਦੰਦ ਦੀਆਂ ਕੰਗੀਆਂ, ਸੋਨੇ ਅਤੇ ਸਿੱਪ ਦੇ ਹਾਰ। ਸਭ ਦੇ ਸਿਰ ਇੱਕੋ ਪਾਸੇ ਕੰਧ ਵੱਲ ਨੂੰ ਝੁਕੇ ਹੋਏ। ਇਨ੍ਹਾਂ ਪਿੰਜਰਾਂ ਅਤੇ ਰਥਾਂ ਵਿੱਚਕਾਰ ਹੋਰ ਮਰਦਾਂ ਔਰਤ ਨੇ, ਸਿਪਾਈਆਂ ਦੇ ਪਿੰਜਰ। ਸਿਪਾਈ ਕਤਾਰਾਂ ਵਿੱਚ ਖਲੋਤੇ ਹਨ। ਸਭ ਦੇ ਹੱਥ ਵਿੱਚ ਵਰਸ਼ੇ ਦੋਸ਼ ਪਾਈਆਂ ਦੇ ਹੱਥ ਵਿੱਚ ਤਾਂ 4-4 ਚਾਂਦੀ ਦੇ ਵਰਸ਼ੇ ਹਨ ਫਲਟੇ ਸੋਨੇ ਦੇ ਦੋਸ਼ ਪਾਈਆਂ ਦੀ ਪਿੱਠ ਪਿਛੇ ਤਾਂਬੇ ਦੀ 1-1 ਧਾਲ ਹੈ ਜਿਸ ਉੱਪਰ ਦੋ ਸ਼ੇਰ ਮਨੁੱਖਾਂ ਦਾ ਸ਼ਿਕਾਰ ਕਰਦੇ ਉਕਰੇ ਹੋਏ ਹਨ ਇਹ ਗਜਬ ਦੀ ਤਸਵੀਰ ਹੈ ਇਹਨਾਂ ਦੇ ਉੱਪਰਲੇ ਪਾਸੇ ਸੰਤੂਰ ਪਿਆ ਹੈ ਆਵਾਜ਼ ਭਾਰੀ ਕਰਨ ਵਾਸਤੇ ਸਾਊਂਡ ਬਾਕਸ ਸੋਨੇ ਦਾ ਬਲਦ ਦਾ ਸਿਰ ਹੈ ਜਿਸ ਉੱਪਰ ਬਹੁਤ ਸੋਹਣੀ ਖੁਦਾਈ ਹੈ ਆਦਮੀਆਂ ਦੀ ਨਕਲ ਲਾਉਂਦੇ ਜਾਨਵਰਾਂ ਦੇ ਹੱਸਦੇ ਚਿੱਤਰ ਹਨ ਹੱਸਦੇ ਹੋਏ ਜਾਨਵਰ ਹੋਰ ਕਿਸੇ ਪ੍ਰਾਤਨ ਸਭਿਤਾ ਵਿੱਚੋਂ ਨਹੀਂ ਮਿਲੇ ਸਮੇਰੀ ਲੋਕ ਹਾਸ ਵਿਅੰਗ ਦੇ ਕਦਰਦਾਨ ਸਨ ਅੰਦਾਜ਼ਾ ਹੋ ਜਾਂਦਾ ਹੈ ਇੱਕ ਮੋਹਰ ਮਿਲੀ ਹੈ ਰਾਜੇ ਦਾ ਨਾਮ ਅਬਾਰਗੀ ਸੀ 2-2 ਫੁੱਟ ਲੰਮੀਆਂ ਦੋ ਚਾਂਦੀ ਦੀਆਂ ਕਿਸ਼ਤੀਆਂ ਪਾਈਆਂ ਹਨ ਜਿਨ੍ਹਾਂ ਵਿੱਚ ਪੰਜ ਬੰਦਿਆਂ ਦੇ ਬੈਠਣ ਲਈ ਸੀਟਾਂ ਹਨ ਦੋ ਅੱਗੇ ਤਿੰਨ ਪਿੱਛੇ ਤੇ ਦੋਵਾਂ ਵਿੱਚ ਘਾਰ ਫੜਨ ਵਾਸਤੇ ਡੰਡਾ ਜੜਿਆ ਹੋਇਆ ਚੱਪੂਆਂ ਦਾ ਸਿਰਾ ਪੱਤੇ ਵਰਗਾ ਬਣਾਇਆ ਹੋਇਆ ਹੈ ਪਤਵਾਰ ਹਨ ਪਰੰਪਰਾ ਕਿੰਨੀ ਸ਼ਕਤੀਸ਼ਾਲੀ ਹੁੰਦੀ ਹੈ ਫਰਾਤ ਦਰਿਆ ਦੇ ਹੇਠਲੇ ਹਿੱਸੇ ਵਿੱਚ ਮਲਾਹਾ ਅੱਜ ਜਿਹੜੀਆਂ ਕਿਸ਼ਤੀਆਂ ਵਾਹ ਰਹੇ ਹਨ ਉਹਨਾਂ ਦਾ ਇਹੀ ਡਿਜ਼ਾਈਨ ਹੈ ਉਰਤੋਂ 50 ਮੀਲ ਪਰੇ ਤੁਸੀਂ ਅੱਜ ਵੀ ਇਸ ਡਿਜ਼ਾਈਨ ਦੀਆਂ ਕਿਸ਼ਤੀਆਂ ਚੱਲ ਰਹੀਆਂ ਦੇਖ ਸਕਦੇ ਹੋ ਮਹਾਰਾਣੀ ਉਸ ਦੀਆਂ ਬਾਂਦੀਆਂ ਅਫਸਰ ਔਰਤਾਂ ਦੇ ਪਿੰਜਰ ਰਾਜੇ ਦੀ ਟੀਮ ਦੇ ਉੱਪਰ ਹਨ ਸੋ ਰਾਣੀ ਸੁਬਾਦ ਦੀ ਮੌਤ ਰਾਜੇ ਤੋਂ ਪਿਛੋ ਹੋਈ ਮਹਾਰਾਣੀ ਲੱਕੜ ਦੇ ਤਖਤੇ ਤੇ ਟੇਢੀ ਲਿਟੀ ਹੋਈ ਹੈ। ਹੱਥ ਨੇੜੇ ਸੋਨੇ ਦਾ ਕੱਪ, ਸਰੀਰ ਦਾ ਉੱਪਰਲਾ ਅੱਧਾ ਹਿੱਸਾ ਸੋਨੇ, ਚਾਂਦੀ, ਲਾਲ ਮਣੀ, ਨੀਲ ਮਣੀ ਦੇ ਮਣਕਿਆਂ ਗਹਿਣਿਆਂ ਨਾਲ ਸਜਿਆ ਹੋਇਆ। ਹੇਠਲੇ ਹਿੱਸੇ ਵਿੱਚ ਲੰਮੇ ਚੋਲੇ, ਉੱਪਰ ਸੋਨੇ ਦੀਆਂ ਚੀਨੀਆਂ, ਮਣਕੇ, ਕਮਰਬੰਦ, ਸੋਨੇ ਦੇ ਤਿੰਨ ਬਾਜੂਬੰਦ, ਮੱਛੀਆਂ ਦੀ ਸ਼ਕਲ ਵਾਲੇ ਦੋ ਬੈਠੀਆਂ ਹੋਈਆਂ ਹਿਰਨੀਆਂ। ਫਿਸ ਗਈ ਖੋਪੜੀ ਤੇ ਮੱਥੇ ਉੱਪਰ ਸੋਨੇ ਦਾ ਰੇਬਨ ਵਾਲਾ ਨੂੰ ਫੁੱਲ ਦੀ ਸ਼ਕਲ ਬਣਾ ਕੇ ਗੁੰਦਿਆ ਗਿਆ। ਪੂਰੀ ਪਰਖ ਬਾਅਦ ਪਤਾ ਲੱਗਾ ਕਿ ਇਹ ਵਾਲ ਨਕਲੀ ਹਨ ਯਾਨੀ ਕਿ ਵਿਗ ਰੱਖਿਆ ਹੋਇਆ ਹੈ ਰਿਬਨ ਤੋਂ ਉੱਪਰ ਤਿੰਨ ਕਤਾਰਾਂ ਵੱਖ-ਵੱਖ ਪੱਤਿਆਂ ਵਾਲੇ ਹਾਰਾਂ ਦੀਆਂ ਹਨ ਵਿਗ ਸੋਨੇ ਦੀਆਂ ਮੋਟੀਆਂ ਤਾਰਾਂ ਨਾਲ ਮੜਿਆ ਹੋਇਆ ਹੈ ਸਿਰ ਉੱਪਰੋਂ ਖੇਠਾਂ ਵੱਲ ਸੋਨੇ ਦੀਆਂ ਲੜੀਆਂ ਲਟਕ ਰਹੀਆਂ ਹਨ ਕੰਨਾਂ ਵਿੱਚ ਲੰਮੇ-ਲੰੰਮੇ ਮੋਢਿਆਂ ਤੱਕ ਪੁੱਜਦੇ ਕਾਂਟੇ ਹਨ ਖੋਜੀ ਟੀਮ ਨੇ ਗਹਿਣਿਆਂ ਲੱਦੇ ਪਿੰਜਰ ਦੀਆਂ ਫੋਟੋਆਂ ਉਤਾਰ ਕੇ ਗਹਿਣੇ ਲਾ ਲਏ ਵੂਲੀ ਦੀ ਪਤਨੀ ਨੇ ਪਿੰਜਰ ਦੇ ਆਕਾਰ ਦੀ ਖੋਪੜੀ ਲੈ ਕੇ ਇਸ ਵਿੱਚ ਮੋਮ ਭਰ ਕੇ ਇੱਕ ਚਿਹਰਾ ਪੂਰਾ ਕੀਤਾ ਤੇ ਇਹ ਗਹਿਣੇ ਪਹਿਨਾਏ ਸਾਰੇ ਬਿਲਕੁਲ ਸਹੀ ਮੇਚ ਆ ਗਏ ਮਿਸਿਸ ਵੂਲੀ ਨੇ ਜਿਹੜਾ ਮਾਡਲ ਤਿਆਰ ਕੀਤਾ ਉਸ ਦੇ ਨੈਣ ਨਕਸ਼ ਸੁਮੇਰੀ ਸਭਤਾ ਦੇ ਮਾਹਰ ਪ੍ਰੋਫੈਸਰ ਸਰ ਆਰਥਰ ਕੀਥ ਨੇ ਪਾਸ ਕੀਤੇ ਪ੍ਰੋਫੈਸਰ ਕੀਥ ਉਰ ਅਤੇ ਉਬੈਦ ਨਗਰ ਦੀਆਂ ਪ੍ਰਾਚੀਨ ਖੋਪੜੀਆਂ ਅਤੇ ਆਦਵਸੀਆਂ ਦੇ ਨੈਣ ਨਕਸ਼ਾਂ ਦੇ ਮੰਨੇ ਹੋਏ ਮਾਰ ਸਨ ਮਹਾਰਾਣੀ ਦੀ ਲਾਸ਼ ਦੇ ਇੱਕ ਪਾਸੇ ਖੱਲ ਦਾ ਲੰਮਾ ਸਫੈਦ ਕੋਟ ਰੱਖਿਆ ਪਿਆ ਹੈ ਜਿਸ ਉੱਪਰ ਗਜਬ ਦੀ ਕਢਾਈ ਹੈ ਦਰਖਤਾਂ ਦੇ ਤਣੇ ਸੋਨੇ ਦੇ ਤੇ ਕਢਾਈ ਜਰੀ ਦੀ ਜੰਗਲੀ ਜਾਨਵਰ ਫੁੱਲ ਪੱਤੀਆਂ ਮੋਤੀ ਮੰਨ ਕੇ ਦੇਖ ਕੇ ਆਸ਼ਾ ਸ਼ਕਾਰ ਉਠੋ ਖਾਣ ਪੀਣ ਦੇ ਬਰਤਨ ਚਾਂਦੀ ਦਾ ਗਊਸਿਰ ਦੋ ਮੇਜ਼ ਚਾਂਦੀ ਦੇ ਉੱਪਰ ਚਾਂਦੀ ਦੇ ਦੀਵੇ ਆਮ ਨਾਲੋਂ ਵੱਡੇ ਹਰੇ ਰੰਗ ਦੇ ਕੋਕਲੇ ਇਸੇ ਆਕਾਰ ਦੇ ਦੋ ਕੋਕਲੇ ਹੋਰ ਇੱਕ ਸੋਨੇ ਦਾ ਇੱਕ ਚਾਂਦੀ ਦਾ ਪਏ ਹਨ ਰਾਜੇ ਦੀ ਕਬਰ ਵਿੱਚੋਂ ਹੀ ਡਾਕੂਆਂ ਨੂੰ ਇੰਨਾ ਕੁਝ ਮਿਲ ਗਿਆ ਕਿ ਰਾਣੀ ਦੀ ਕਬਰ ਲੁੱਟਣੀ ਤਾਂ ਲੁੱਟਣੀ ਜਾਂ ਤਾਂ ਭੁੱਲ ਗਏ ਜਾਂ ਫੜੇ ਜਾਣ ਦੇ ਡਰੋਂ ਜੋ ਮਿਲਿਆ ਲੈ ਕੇ ਭੱਜ ਗਏ ਰਾਜੇ ਦੀ ਕਬਰ ਦਿਵਾਲੇ 6 ਫੁੱਟੀ ਵਰਗਾਕਾਰ ਕੰਧ ਹੈ ਰਾਜੇ ਦੀ ਕਬਰ ਦੇ ਐਨ ਨਾਲ ਲੱਗਦੇ ਤਿੰਨ ਪਿੰਜਰ ਹਨ ਤੇ ਬਾਹਰ ਹਟ ਕੇ 62 ਪਿੰਜਰ ਰਾਣੀ ਦੇ ird gird ਕੁੱਲ 50 ਪਿੰਜਰ ਹਨ ਇਹ ਸਭ ਜਿਉਂਦੇ ਦਫਨ ਕੀਤੇ ਗਏ ਬਲੀ ਦਾ ਢੰਗ ਇੱਕੋ ਦਰਜੇ ਬਿ ਦਰਜੇ ਅਨੁਸਾਰ ਪਿੰਜਰ ਦੂਰ ਨੇੜੇ ਹਨ ਨੇੜਲਿਆਂ ਦਾ ਸ਼ਿੰਗਾਰ ਵਧੇਕ ਦੂਰ ਦਿਆਂ ਦਾ ਉਸ ਤੋਂ ਕੱਟ ਸੋ ਪ੍ਰੋਫੈਸਰ ਹਰਪਾਲ ਸਿੰਘ ਪਨੂਹਣਾ ਦੀ ਇਹ ਕਿਤਾਬ ਈਰਾਨ ਤੇ ਇਰਾਨੀ ਦਾ ਇਲੇਖ ਪੁਰਾਤਨ ਈਰਾਨ 3500 ઈਸਾ ਪੂਰਵ ਈਸਵੀ ਪੂਰਵ ਯਾਨੀ ਕਿ ਜੀਜ਼ਸ ਤੋਂ 3500 ਸਾਲ ਪਹਿਲਾਂ ਇਹ ਕਬਰਾਂ ਜੋ ਮਿਸਟਰ ਬੂਲੀ ਜਾਂ ਹੋਰ ਖੋਜਕਾਰਾਂ ਨੇ ਖੋਜੀਆਂ ਉਹਦੇ ਵਿੱਚ ਸਭ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਔਰ ਇਸ ਪੈਰੇ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਬਲੀ ਦਾ ਢੰਗ ਇੱਕੋ ਦਰਜੇ ਬਦਰਜੇ ਅਨਸਾਰ ਪਿੰਜਰ ਦੂਰ ਨੇੜੇ ਹਨ ਨੇੜਲਿਆਂ ਦਾ ਸ਼ਿੰਗਾਰ ਵਦੀਕ ਦੂਰਦਿਆਂ ਦਾ ਉਸ ਤੋਂ ਕੱਟ ਕੇ ਉਸ ਵੇਲੇ ਰਾਜਿਆਂ ਦੇ ਨਾਲ ਜਿਉਂਦੇ ਉਹਨਾਂ ਦੇ ਅਹਲਕਾਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸਨ ਇਸ ਖੋਦਾਈ ਵਿੱਚੋਂ 27/24 ਵਰਗ ਫੁੱਟ ਦਾ ਇੱਕ ਕਮਰਾ ਮਿਲਿਆ ਹੈ ਜਿਸ ਵਿੱਚ ਇੱਕੋ ਥਾਂ 6 ਮਰਦਾਂ ਤੇ 68 ਔਰਤਾਂ ਦੇ ਪਿੰਜਰ ਹਨ ਮਰਦ ਦਰਵਾਜਿਆਂ ਵਾਲੇ ਪਾਸੇ ਹਨ ਔਰਤਾਂ ਇਨ੍ਹਾਂ ਦੇ ਵਿਚਕਾਰ ਸਾਰੀਆਂ ਲਾਸ਼ਾਂ ਟੇਡੇ ਦਾ ਹੱਥ ਮੂੰਹ ਲਾਗੇ ਗੋਡੇ ਰਤਾ ਕੋ ਮੁੜੇ ਹੋਏ ਇਹਨਾਂ ਨੂੰ ਹਿੰਸਕ ਤਰੀਕੇ ਨਾਲ ਜ਼ਬਰਨ ਮਾਰਿਆ ਗਿਆ ਹੋਵੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਹਾਰ ਸ਼ਿੰਗਾਰ ਵਿੱਚ ਕਿਧਰੇ ਵਿਗਾੜ ਨਹੀਂ ਰੱਬ ਵਿੱਚ ਬੈਠਾ ਆਫੀ ਚੋਣਾ ਰਥ ਵਿੱਚ ਬੈਠਾ ਰਥਵਾਨ ਅੱਗੇ ਜੁੜੇ ਬਲਦ ਬਲਦਾਂ ਅੱਗੇ-ਅੱਗੇ ਤੁਰੇ ਜਾਂਦੇ ਨੀਜਿਆਂ ਵਾਲੇ ਚੋਬਦਾਰ ਸਭ ਜਿਉਂਦੇ ਦਫਨ ਹੋਏ ਪੁਰਾਣੇ ਸਮੇਂ ਇਹ ਵਿਸ਼ਵਾਸ ਸੀ ਕਿ ਰਾਜੇ ਰਾਣੀ ਦੇ ਜਿਹੜੇ ਜਿਹੜੇ ਅਹਿਲਕਾਰ ਜਾਂ ਸ਼ੁਭਚਿੰਤਕ ਉਹਨਾਂ ਨਾਲ ਦਫਨ ਕੀਤੇ ਜਾਣਗੇ ਅਗਲੀ ਦੁਨੀਆ ਵਿੱਚ ਵੀ ਉਹਨਾਂ ਨੂੰ ਇਹੀ ਸਨਮਾਨ ਮਿਲਣਗੇ ਕਿ ਇਹਨਾਂ ਨੂੰ ਕੋਈ ਨਸ਼ਾ ਜਾਂ ਕੋਈ ਜ਼ਹਿਰ ਪਿਲਾਇਆ ਗਿਆ ਹੋਵੇ ਜ਼ਰੂਰੀ ਨਹੀਂ ਧਾਰਮਿਕ ਵਿਸ਼ਵਾਸ ਆਪਣੇ ਆਪ ਵਿੱਚ ਅਜਿਹਾ ਨਸ਼ਾ ਹੈ ਕਿ ਮੌਤ ਦੀ ਪਰਵਾਹ ਤੋਂ ਮੁਕਤ ਹੋ ਜਾਂਦਾ ਹੈ ਸੋ ਡਾਕਟਰ ਹਰਪਾਲ ਸਿੰਘ ਪਨਹੂਣੀ ਇੱਥੇ ਇੱਕ ਸਵਾਲ ਖੜਾ ਕਰਦੇ ਨੇ ਕਿ ਲੋਕ ਜਦੋਂ ਇਹਨਾਂ ਨੂੰ ਇਹਨਾਂ ਦੀ ਬਲੀ ਰਾਜਿਆਂ ਦੇ ਨਾਲ ਦਿੱਤੀ ਗਈ ਹੋਊਗੀ ਇਹ ਕਹਿ ਕੇ ਕਿ ਤੁਹਾਨੂੰ ਜੇਕਰ ਤੁਸੀਂ ਇਸ ਜਨਮ ਦੇ ਵਿੱਚ ਇਹਨਾਂ ਦੇ ਨਾਲ ਹੀ ਜਾਂਦੇ ਹੋ ਤੇ ਅਗਲੇ ਜਨਮ ਦੇ ਵਿੱਚ ਵੀ ਤੁਹਾਨੂੰ ਇਹੀ ਅਹੁਦੇ ਮਿਲਣਗੇ ਸੋ ਉਹ ਅਹੁਦਿਆਂ ਦੀ ਲਾਲਸਾ ਦੇ ਵਿੱਚ ਜਿਹੜੇ ਉਹ ਜਾਣਾ ਗਈਆਂ ਉਹ ਕਹਿੰਦੇ ਨੇ ਕਿ ਸ਼ਾਇਦ ਉਹਨਾਂ ਨੂੰ ਕੋਈ ਨਸ਼ਾ ਪਿਆ ਗਿਆ ਹੋਵੇ ਪਰ ਉਹ ਨਾਲ ਹੀ ਜਵਾਬ ਦਿੰਦੇ ਨੇ ਕਿ ਜ਼ਰੂਰੀ ਨਹੀਂ ਧਾਰਮਿਕ ਵਿਸ਼ਵਾਸ ਆਪਣੇ ਆਪ ਵਿੱਚ ਅਜਿਹਾ ਨਸ਼ਾ ਹੈ ਕਿ ਮੌਤ ਦੀ ਪ੍ਰਵਾਹ ਤੋਂ ਮੁਕਤ ਹੋ ਜਾਂਦਾ ਹੈ 68 ਔਰਤਾਂ ਵਿੱਚੋਂ 28 ਦੇ ਮੱਥੇ ਉੱਪਰ ਸੋਨੇ ਦਾ ਰਿਬਨ ਹੈ ਤੇ ਬਾਕੀਆਂ ਦੇ ਚਾਂਦੀ ਦਾ ਹੱਡ ਮਾਸ ਦੀ ਸ਼ੋਅ ਅਤੇ ਮਿੱਟੀ ਦੇ ਤੇਜਾਬ ਨਾਲ ਚਾਂਦੀ ਜਲਦੀ ਗਲ ਜਾਂਦੀ ਹੈ ਜਿਸ ਕਰਕੇ ਕਿਤੇ ਸਫੈਦ ਕਿਤੇ ਜਾਮਣੀ ਸਿਲਵਰ ਕਲੋਰਾਇਡ ਦੇ ਧੂੜ ਦਾ ਨਿਸ਼ਾਨ ਮਿਲਿਆ ਹੈ ਇੱਕ ਔਰਤ ਦੇ ਬੋਝੇ ਵਿੱਚੋਂ ਵਾਲਾਂ ਨੂੰ ਲਾਉਣ ਵਾਲਾ ਕਲਿੱਪ ਮਿਲਿਆ ਹੈ ਉਹਨੇ ਆਪਣੇ ਜੂੜੇ ਵਿੱਚ ਕਿਉਂ ਨਾ ਟੰਗਿਆ ਦੇਖੋ ਉਸ ਵੇਲੇ ਵੀ ਕਲਿੱਪਾਂ ਦਾ ਰਵਾਜ ਸੀ ਸੋ ਕਹਿੰਦੇ ਨੇ ਕਿ ਕਲਿੱਪ ਮਿਲਿਆ ਪਰ ਕਹਿੰਦੇ ਨੇ ਕਿ ਉਸਨੇ ਆਪਣੇ ਵਾਲਾਂ ਵਿੱਚ ਕਿਉਂ ਨਹੀਂ ਟੰਗਿਆ ਉਹਦੇ ਬੋਝੇ ਵਿੱਚ ਕਿਉਂ ਮਿਲਿਆ ਤੇ ਗੂਲੀ ਲਿਖਦਾ ਹੈ ਖਬਰੇ ਵਿਚਾਰੀ ਲੇਟ ਹੋ ਗਈ ਹੋਵੇ ਜੀਉਂਦੀ ਸੋਚਦੀ ਹੋਵੇ ਕਿ ਦਫਨ ਵਕਤ ਪਹਿਨ ਲਵਾਂਗੀ ਪਰ ਧਾਰਮਿਕ ਮੰਤਰਾਂ ਅਤੇ ਮੌਤ ਸਾਹਮਣੇ ਦੇਖ ਕੇ ਭੁੱਲ ਗਈ ਹੋਵੇ ਤੇ ਬੋਜੇ ਵਿੱਚ ਪਿਆ ਰਹਿ ਗਿਆ ਹੋਵੇ ਗੋੜਾ ਲਾਲ ਰੰਗ ਦਾ ਲਿਬਾਸ ਪਹਿਨਿਆ ਹੋਇਆ ਜਿਵੇਂ ਦੁਲਹਨ ਹੋਵੇ ਸਾਰੀਆਂ ਔਰਤਾਂ ਦੇ ਲਿਬਾਸ ਲਾਲ ਉਨ ਦੇ ਹਰੇਕ ਕਮੀਜ਼ ਦੀਆਂ ਕਫਾਂ ਉੱਪਰ ਵੱਖਰੇ ਤਿਆਰ ਕਰਕੇ ਕਢਾਈ ਕੀਤੀ ਸੋਹਣੇ ਬਾਜੂਬੰਦ ਸੀਤੇ ਹੋਏ ਹਨ ਲੱਗਦਾ ਹੈ ਲੰਮੇ ਗਰਮ ਕੋਟ ਸਨ ਇਨੀਆਂ ਸੱਜੀਆਂ ਧੱਜੀਆਂ ਔਰਤਾਂ ਜਦੋਂ ਮੌਤ ਦੇ ਖੂਬ ਵਿੱਚ ਉਤਰਨ ਜਾ ਰਹੀਆਂ ਸਨ ਉਦੋਂ ਕਿਹੋ ਜਿਹਾ ਦ੍ਰਿਸ਼ ਹੋਵੇਗਾ ਉਹ ਦੁਖੀ ਸਨ ਕਿ ਖੁਸ਼ ਕਿ ਇਹ ਪਵਿੱਤਰ ਯਾਤਰਾ ਸ਼ਾਂਤ ਸੀ ਇੱਕ ਜੀਵਨ ਤੋਂ ਦੂਜੇ ਜੀਵਨ ਤੱਕ ਦੀ ਤੀਰਥ ਯਾਤਰਾ ਪਿਛੋਂ ਤਾਂ ਦੇਰ ਬਾਅਦ ਦੇ ਦਫਨ ਕੀਤੇ ਰਾਜਿਆਂ ਦੇ ਪਿੰਜਰਾਂ ਦੀ ਖੋਜ ਪੜਤਾਲ ਤੋਂ ਇਹ ਤੱਤ ਸਾਹਮਣੇ ਆਇਆ ਹੈ ਕਿ ਉਹਨਾਂ ਨੂੰ ਬੇਹੋਸ਼ ਕਰਕੇ ਦਫਨ ਕੀਤਾ ਗਿਆ ਸੀ ਜਦੋਂ ਮੰਨ ਲਿਆ ਗਿਆ ਕਿ ਰਾਜਾ ਬੰਦਾ ਹੈ ਹੀ ਨਹੀਂ ਦੇਵਤਾ ਹੈ ਫਿਰ ਉਸ ਦੀ ਮੌਤ ਵੀ ਬੰਦਿਆ ਵਾਂਗ ਕਿਉਂ ਹੋਵੇ ਲੋਕ ਵੀ ਇਹੋ ਸੋਚਣ ਲੱਗੇ ਕਿ ਰਾਜਾ ਜਿਉਂਦਾ ਦਫਨ ਹੋ ਸਕਦਾ ਹੈ ਤਾਂ ਉਸ ਦੇ ਨਿਕਟਵਰਤੀ ਕਿਉਂ ਨਹੀਂ ਦੂਰ ਦਰਾਡੇ ਜਿਹੜੀਆਂ ਆਮ ਲੋਕਾਂ ਦੀਆਂ ਕਬਰਾਂ ਮਿਲੀਆਂ ਉਹਨਾਂ ਵਿੱਚ ਜਿਉਂਦੇ ਨੂੰ ਦਫਨ ਕਰਨਾ ਕਿਤੇ ਸਾਬਤ ਨਹੀਂ ਹੋਇਆ ਆਮ ਆਦਮੀ ਨਾਲ ਕਦੀ ਕੋਈ ਜਾਨਵਰ ਵੀ ਦਫਨ ਕੀਤਾ ਨਹੀਂ ਮਿਲਿਆ ਜਿਹੜੇ ਤਿੰਨ ਸੰਤੂਰ ਮਿਲੇ ਉਹਨਾਂ ਦੇ ਸਾਊਂਡ ਬਾਕਸ ਵਜੋਂ ਇੱਕ ਸੋਨੇ ਦਾ ਬਣਿਆ ਬਲਦ ਦਾ ਸਿਰ ਹੈ ਦੂਜਾ ਚਾਂਦੀ ਦਾ ਗਾਂ ਸਿਰ ਹੈ ਤੀਜਾ ਹਿਰਨ ਦੇ ਸਿਰ ਵਾਲਾ ਹੈ ਚੌਥਾ ਸੰਤੂਰ ਪੂਰੀ ਤਰ੍ਹਾਂ ਗਲ ਗਿਆ ਹੈ ਬਸ ਇੱਕ ਪਲੇਟ ਬਚੀ ਹੈ ਜਿਸ ਉੱਪਰ ਕਿਸ਼ਤੀ ਦੀ ਤਸਵੀਰ ਹੈ ਸ਼ਾਇਦ ਇਹ ਮੰਦਰ ਵਿੱਚ ਭਜਨ ਕਰਨ ਵਾਸਤੇ ਭੇਟ ਕੀਤੇ ਗਏ ਹੋਣ ਇਹਨਾਂ ਪਸ਼ੂਆਂ ਦੇ ਸਿਰਾਂ ਦਾ ਸੰਗੀਤ ਨਾਲ ਵੀ ਕੋਈ ਸਬੰਧ ਸੀ ਕੋਈ ਪਤਾ ਨਹੀਂ ਲੱਗਦਾ ਇੱਕ ਤਸਵੀਰ ਵਿੱਚ ਭੇਡੂ ਝਾੜੀ ਵਿੱਚ ਫਸਿਆ ਖਲੋਤਾ ਹੈ ਅਗਲੇ ਖੋਰ ਉੱਪਰ ਚੁੱਕੇ ਹੋਏ ਹਨ ਕੀ ਇਸ ਦਾ ਪੈਗੰਬਰ ابراہیم ਵੱਲ ਕੀ ਇਸ ਦਾ ਪੈਗੰਬਰ ابراہیم ਵੱਲੋਂ ਦਿੱਤੀ ਬਲੀ ਨਾਲ ਕੋਈ ਸਬੰਧ ਹੈ ਪਤਾ ਨਹੀਂ ਇੱਕ ਹੋਰ ਗੁੰਬਦ ਹੇਠੋਂ ਰਾਣੀ ਅਤੇ ਚਾਰ ਬਾਂਦੀਆਂ ਦੇ ਪਿੰਜਰ ਮਿਲੇ ਰਾਣੀ ਦੇ ਗਹਿਣੇ ਬਾਂਦੀਆਂ ਨਾਲੋਂ ਉੱਤਮ ਹੋਣੇ ਹੀ ਸਨ ਪਰ ਉਹਦੇ ਹੱਥ ਵਿੱਚ ਸੋਨੇ ਦੀ ਬੰਤਰੀ ਵੀ ਫੜੀ ਹੋਈ ਹੈ ਨੇੜੇ ਸੋਨੇ ਦੀ ਮੋਹਰ ਪਈ ਹੈ ਸਿਲੰਡਰ ਨੁਮਾ ਜਾਨੀ ਕਿ ਜਿਹੋ ਜਿਹਾ ਟਾਰਚ ਦਾ ਸੈੱਲ ਹੁੰਦਾ ਹੈ ਤਿੰਨ ਭੇਡਾਂ ਦੇ ਪਿੰਜਰ ਸਾਬਤ ਹੋਇਆ ਕਿ ਬਲੀ ਦਿੱਤੀ ਗਈ ਹੱਡੀਆਂ ਵਿਚਲੀ ਰਾਖ ਦਾ ਕੈਮੀਕਲ ਮੁਤਾਲਾ ਕੀਤਾ ਗਿਆ ਸ਼ਾਹੀ ਪੋਜ ਸਕਿਆ ਸੀ ਉੱਪਰ ਇੱਕ ਨਿੱਕਾ ਮੰਦਰ ਉਸਾਰ ਕੇ ਇਹ ਥਾਂ ਪਵਿੱਤਰ ਕਰਾਰ ਦੇ ਦਿੱਤੀ ਇਹ ਸਾਰਾ ਕੁਝ ਲੰਮੀ ਪ੍ਰਤੀਕਿਰਿਆ ਤੋਂ ਬਾਅਦ ਅਮਲ ਵਿੱਚ ਆ ਸਕਿਆ ਕੀਮਤੀ ਗਿਆਨਿਆਂ ਨਾਲ ਸ਼ਿੰਗਾਰ ਕੇ ਇੱਕ 6-7 ਸਾਲ ਦੀ ਕੁੜੀ ਵੀ ਦਫਨਾਈ ਮਿਲੀ ਉਸ ਦਾ ਸੋਨੇ ਦਾ ਕੱਪ ਕੇਵਲ 2 ਇੰਚ ਦਾ ਹੈ ਨਜ਼ਦੀਕ ਚਾਂਦੀ ਦੇ ਦੋ ਕਟੋਰੇ ਤੇ ਇੱਕ ਬੰਸਰੀ ਪਈ ਹੈ ਇਹ ਕੁੜੀ ਇਕੱਲੀ ਕਿਉਂ ਹੈ ਇਹ ਗੱਲ ਪੱਕੀ ਹੈ ਕਿ ਹੈ ਇਹ ਰਾਜਕੁਮਾਰੀ ਸ਼ਾਇਦ ਬਿਮਾਰ ਹੋ ਕੇ ਮਰੀ ਹੋਵੇ ਇੱਕ ਹੋਰ ਪਿੰਜਰ ਵੀ ਕਿਸੇ ਵੱਡੇ ਰੁਤਬੇ ਵਾਲੀ ਔਰਤ ਦਾ ਹੈ ਇਹ ਵੀ ਇਕੱਲੀ ਦਫਨਾਈ ਗਈ ਹੈ ਸੋ ਬਲੀ ਕੇਵਲ ਰਾਜੇ ਰਾਣੀ ਦੀ ਦਿੱਤੀ ਜਾਂਦੀ ਹੋਵੇਗੀ ਇਹ ਸੁਭਾਗ ਹਰੇਕ ਨੂੰ ਨਹੀਂ ਮਿਲਦਾ ਸੀ ਰਾਜੇ ਰਾਣੀ ਦੀ ਪਛਾਣ ਉਹਨਾਂ ਨਾਲ ਰੱਖੀ ਉਹਨਾਂ ਦੀ ਮੋਹਰ ਹੁੰਦੀ ਹੈ ਰਾਜੇ ਨੇੜਿਓਂ 60 ਬਰਤਨ ਮਿਲੇ ਨੇਜਾ ਚਾਕੂ ਛੁਰੇ ਇਹਨਾਂ ਤੋਂ ਵੱਖਰੇ ਲੱਕ ਅਤੇ ਛਾਤੀ ਉੱਪਰ ਸਜਾਉਣ ਵਾਲੇ ਗਹਿਣੇ ਵੱਡਾ ਕਟੋਰਾ ਹੱਥ ਵਿੱਚ ਫੜਿਆ ਹੋਇਆ ਹੈ ਇੱਕ ਹੋਰ ਨਜ਼ਦੀਕ ਪਿਆ ਹੈ ਦੋਵੇਂ ਸੋਨੇ ਦੇ ਲਾਸ਼ਾਂ ਦੇ ਪਿਛਲੇ ਪਾਸੇ ਬੰਦ ਡੱਬੇ ਵਿੱਚ ਸਿਰ ਉੱਪਰ ਸਜਾਉਣ ਵਾਲਾ ਮੁਖਤ ਬਾਜੂਬੰਦ ਮਣਕੇ ਕੰਨਾਂ ਦੀਆਂ ਮੰਦਰਾ ਤਵੀਤ ਚੂੜੀਆਂ ਬਾਕੀ ਪਿੰਜਰ ਗਲ ਚੁੱਕਾ ਹੈ ਪਰ ਸਿਰ ਉੱਪਰ ਥੋਡੀ ਤੱਕ ਜਿਹੜਾ ਸੋਨੇ ਦਾ ਸੁਰੱਖਿਆ ਟੋਪ ਪਹਿਨਿਆ ਹੋਇਆ ਹੈ ਉਹ ਸ਼ਿਕਾਰੀ ਮਾਰ ਦਾ ਤਰੋ ਤਾਜ਼ਾ ਹੈ ਉਸ ਨੇ ਖੋਪੜੀ ਟੁੱਟਣ ਤੋਂ ਬਚਾ ਲਈ ਪਰ ਹੈ ਪੂਰੀ ਜਰਜਰੀ ਇਸ ਟੋਪ ਉੱਪਰ ਵਾਲਾਂ ਵਾਂਗ ਬਰੀਕ ਧਾਰੀਆਂ ਉਕਰੀਆਂ ਹੋਈਆਂ ਹਨ ਕੰਨ ਨੇੜੇ ਵਾਲਾਂ ਦੇ ਕੁੰਡਲ ਇਸ ਤਰ੍ਹਾਂ ਕਿ ਆਵਾਜ਼ ਸੁਣਨ ਵਿੱਚ ਵਿਗਨ ਨਾ ਪਾਉਣ ਇਸ ਵਿਗ ਹੈਲਮਟ ਦੇ ਹੇਠਲੇ ਦੋਵੇਂ ਪਾਸੇ ਸੁਰਾਖ ਇਸ ਤਰ੍ਹਾਂ ਹਨ ਕਿ ਤਮਸ ਤਸਮਿਆ ਨਾਲ ਕੱਸਿਆ ਜਾਂਦਾ ਹੋਵੇਗਾ ਇਸ ਵਿਗ ਹੈਲਮਟ ਦੇ ਹੇਠਲੇ ਦੋਵੇਂ ਪਾਸੇ ਸੁਰਾਖ ਇਸ ਤਰ੍ਹਾਂ ਹਨ ਕਿ ਤਸਮਿਆ ਨਾਲ ਕੱਸਿਆ ਜਾਂਦਾ ਹੋਵੇਗਾ ਇਸ ਇਕੱਲੇ ਵਿਗਹਲਮੜ ਤੋਂ ਸਾਬਤ ਹੋ ਜਾਂਦਾ ਹੈ ਕਿ ਸੁਮੇਰੀਆਂ ਦੀ ਇਹ 체ਹੀ ਗਲਤ ਨਹੀਂ ਕਿ ਉਹਨਾਂ ਦੀ ਸਭਿਤਾ ਵਰਗੀ ਹੋਰ ਕੋਈ ਨਹੀਂ ਕਿਤੇ ਨਹੀਂ ਕਈ ਤਬੂਤਾਂ ਉੱਪਰ ਇਹ ਸ਼ਬਦ ਲਿਖੇ ਹੋਏ ਹਨ ਮੇਸ ਕਲਾਮ ਦੁਗ్ ਨੇਕ ਵਖਤ ਧਰਤੀ ਦਾ ਨਾਇਕ ਕਈ ਤਬੂਤਾਂ ਉੱਪਰ ਇਹ ਸ਼ਬਦ ਲਿਖੇ ਹੋਏ ਹਨ ਮੇਸ ਕਲਾਮ ਦੁਗ్ ਨੇਕ ਵਖਤ ਧਰਤੀ ਦਾ ਨਾਇਕ ਸੋ ਇਥੇ ਹੀ ਆਪਾਂ ਰੇਡੀਓ ਪੰਜਾਬੀ ਨੇਸ਼ਨ ਤੋਂ ਇਰਾਨ ਤੇ ਇਰਾਨੀ ਦਾ ਐਪੀਸੋਡ ਨੰਬਰ 3 ਖਤਮ ਕਰਦੇ ਆ ਇਸ ਤੋਂ ਅਗਰ ਪੁਰਾਤਨ ਇਰਾਨ ਨੂੰ ਅੱਗੇ ਚਾਲੂ ਕਰਾਂਗੇ ਐਪੀਸੋਡ ਨੰਬਰ 4 ਦੇ ਵਿੱਚ ਜਿਦੇ ਵਿੱਚ ਆਪਾਂ ਇਹ ਸਾਰਾ ਸਮਾਪਤ ਕਰ ਲਵਾਂਗੇ ਸੋ ਇਸ ਵੀਡੀਓ ਨੂੰ ਵੱਤੋ ਵੱਤ YouTube Facebook WhatsApp Instagram ਤੇ ਸ਼ੇਅਰ ਕਰਕੇ ਇਸ ਵੱਤੋ ਵੱਤ ਸੰਗਤ ਤੱਕ ਪਹੁੰਚਾਓ ਵੱਤੋ ਵੱਤ ਲੋਕਾਂ ਤੱਕ ਪਹੁੰਚਾਓ ਤਾਂ ਕਿ ਅਸੀਂ ਸਾਡੇ ਮਹਾਨ ਜਿਹੜੇ ਲਿਖਾਰੀ ਨੇ ਵਿਦਵਾਨ ਨੇ ਉਹਨਾਂ ਦਾ ਕੀਤਾ ਹੋਇਆ ਕਾਰਜ ਵੱਤੋ ਵੱਤ ਸੰਗਤ ਤੱਕ ਪਹੁੰਚਾ ਸਕੀਏ ਆਡੀਓ ਬੁੱਕ ਦੇ ਜ਼ਰੀਏ ਸੋ ਰੇਡੀਓ ਪੰਜਾਬੀ ਨੇਸ਼ਨ ਇਰਾਨ ਤੇ ਇਰਾਨੀ ਕਿਤਾਬ ਜੋ ਡਾਕਟਰ ਹਰਪਾਲ ਸਿੰਘ ਪੰਨੂ ਹਾਂ ਨੇ ਲਿਖੀ ਹੈ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਸੋ ਵੱਧ ਤੋਂ ਵੱਧ ਇਸ ਕਿਤਾਬ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣ ਦੇ ਲਈ ਸ਼ੇਅਰ ਕਰਦੇ ਰਹਿਣਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਹਾਂ ਤਦ ਤੱਕ ਤੇਰੀ ਆਪਣਾ ਆਪਣਾ ਖਿਆਲ ਰੱਖਣਾ ਰੱਬ ਰੱਖਾ